ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਏ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਅਸੀਂ ਤੁਹਾਨੂੰ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਕਿ ਤਰੇ ਮੌਲਵੀ ਜਿਹੜੇ ਨੇ 5-5 ਕਰੋੜ ਰੁਪਈਆ ਲੈ ਕੇ ਤੇ ਉਹਨਾਂ ਇੱਦਤ ਵਾਲੇ ਕੇਸ ਦੀ ਇੱਕ ਨਵੀਂ ਤਸ਼ਰੀਹ ਜਿਹੜੀ ਹੈ ਉਹ ਕਰ ਦਿੱਤੀ ਔਰ ਇਹ ਤਰ੍ਹਾਂ ਬਦਕਾਰ ਮੌਲਵੀ ਹਾਮਦ ਰਜ਼ਾ ਰਾਜਾ ਨਾਸਰ ਅਬਾਸ ਔਰ ਨੂਰਉਲ ਕਾਦਰੀ 5-5 ਕਰੋੜ ਰੁਪਈਆ ਲੈ ਕੇ ਇਹਨਾਂ ਨੇ ਤਸ਼ਰੀਹ ਕਰ ਦਿੱਤੀ ਕਿ ਇੱਦਤ ਦਾ ਕਾਨੂੰਨ ਜਿਹੜਾ ਉਹ ਇਸਲਾਮ ਵਿੱਚ ਹੈ ਹੀ ਕੋਈ ਨਹੀਂ ਕੋਈ ਵੀ ਖਤੂਨ ਜਿਹੜੀ ਹੈ ਉਹ ਇੱਕ ਸ਼ਾਦੀ ਦੁਪਹਿਰੇ ਕਰ ਸਕਦੀ ਹੈ ਇੱਕ ਸ਼ਾਮ ਨੂੰ ਇੱਕ ਸਵੇਰ ਨੂੰ ਸਾਰਾ ਰਲਿਆ ਮਿਲਿਆ ਕੰਮ ਉਹ ਸਾਰਾ ਦਿਨ ਚਲਾਈ ਫਿਰੇ ਇਹ ਇਸ ਤਰ੍ਹਾਂ ਦੀ ਬਕਵਾਸiyat ਉਹਨਾਂ ਕੀਤੀ ਹੈ ਕਿਉਂ ਕੀਤੀ ਕਿ 29 ਮਈ ਨੂੰ ਫੈਸਲਾ ਆ ਰਿਹਾ ਇੱਦਤ ਵਾਲੇ ਕੇਸ ਦਾ ਅਪੀਲ ਦੇ ਵਿੱਚ ਤੇ ਜੱਜ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸਲਾਮ ਜਿਹੜਾ ਸਾਡਾ ਇਸਲਾਮ ਹੈ ਉਹ ਐ ਕਹਿੰਦਾ ਤੇ ਇਹ ਅਸੀਂ ਤੁਹਾਡੇ ਅੱਗੇ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਚੰਗੀ ਛਾਣ ਫਟਕ ਕਰਕੇ ਜਿਹੜੇ ਵੀ ਤੁਸੀਂ ਮਜ਼ਬੀ ਮਾਮਲਿਆਂ ਦੇ ਨਾਲ ਟੱਚ ਰਹਿੰਦੇ ਹੋ ਸਾਨੂੰ ਜ਼ਰੂਰ ਦੱਸਣਾ ਕਿ ਅਸਲ ਹਕੀਕਤ ਕੀ ਹੈ ਕਿ ਆ ਵਾਕਈ ਜੋ ਇਤਰਾਹ ਬਦਕਾਰ ਮੌਲਵੀ ਕਹਿ ਰਹੇ ਨੇ ਇਹ ਹੀ ਕਾਨੂੰਨ ਹੈ ਜਾਂ ਕੋਈ ਹੋਰ ਜਿਹੜਾ ਆਥੈਂਟਿਕ ਜਿਹੜਾ ਕੋਈ ਕਾਨੂੰਨ ਹੈ ਉਹ ਵੀ ਸਾਨੂੰ ਤੁਸੀਂ ਲਾਜ਼ਮੀ ਦੱਸਿਆ ਜੀ ਬਰ ਅਇ ਤਰੇ ਮੌਲਵੀ ਜਿਹੜੇ ਨੇ ਇਹ 5-5 ਕਰੋੜ ਲੈ ਕੇ ਤੇ ਨਵਾਂ ਇਹ ਖਾਤਾ ਜਿਹੜਾ ਇੱਕ ਖੋਲ ਕੇ ਬੈਠੇ ਨੇ ਇਹ ਤੁਸੀਂ ਵੀਡੀਓ لازਮੀ ਵੇਖਿਆ ਜੇ ਇਸ ਤੋਂ ਪਹਿਲੀ ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖੀ ਸੀ ਮਤਲਬ ਕਿ ਯਕੀਨ ਕਰੋ ਵਾ ਪਾਗਲ ਪੰਦਿਤ ਉਸ ਦੀ ਇੰਤਹਾ ਚੈੱਕ ਕਰੋ ਇਹਨਾਂ ਬੰਦਿਆਂ ਦੀ ਕਿ 4 ਟੱਗਿਆਂ ਪਿੱਛੇ 21 ਹੱਦ ਤੱਕ ਗੁਜ਼ਰ ਚੁੱਕੇ ਹਨ ਠੀਕ ਹੋ ਗਿਆ ਨਾ ਜੀ ਮਤਲਬ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਹੀ ਤੇ ਇਹ ਬੇਰਾ ਰਵੀ ਫੈਲਦੀ ਏ ਆ ਤੁਸੀਂ ਵੇਖ ਲਓ ਨਾ ਸਰਗੋਦਾ ਦੇ ਵਿੱਚ ਜੋ ਵਾਕਿਆ ਪੇਸ਼ ਆਇਆ ਕਿ ਇੱਕ ਕਿਸੇ ਮਸੀਹੀ ਨੌਜਵਾਨ ਨੂੰ ਮਾਰ ਦਿੱਤਾ ਗਿਆ ਉਹ ਇਹ ਇਸ ਤਰ੍ਹਾਂ ਦੇ ਜਿਹੜੇ ਮੌਲਵੀ ਨੇ ਇਹਨਾਂ ਦੀ ਵਜ੍ਹਾ ਤੋਂ ਇਸ ਤਰ੍ਹਾਂ ਦੇ ਵਾਕਿਆਤ ਪੈਦਾ ਹੁੰਦੇ ਨੇ ਠੀਕ ਹੋ ਗਿਆ ਨਾ ਤੇ ਬਾਰਦ ਜਿਹੜਾ ਸਰਗੋਦਾ ਦੇ ਵਿੱਚ ਵਾਕਿਆ ਆ ਉਹਦੀ ਬਸ ਹੀ ਵਰਪੂਰ ਮਜ਼ਮਤ ਕਰਨੇ ਆ ਔਰ ਹਕੂਮਤ ਪੰਜਾਬ ਦੇ ਅੱਗੇ ਐਸੀ ਅਪੀਲ ਕਰਨੇ ਆ ਕਿ ਜਿਹੜੇ ਵੀ ਲੋਕ ਇਹਦੇ ਵਿੱਚ ਮਲਬਸ ਨੇ ਉਹਨਾਂ ਨੂੰ ਘਟ ਤੋਂ ਘਟ ਜਿਹੜਾ ਨਾ ਉਤਾਂ ਚਾੜਿਆ ਜਾਏ ਜਿੰਨਾ ਜ਼ਿਆਦਾ ਜਲਦੀ ਜਲਦੀ ਉਤਾਂ ਚਾੜਿਆ ਜਾਏ ਕਿਉਂਕਿ ਏ ਅਸੀਂ ਇਹ مزید برداشت ਨਹੀਂ ਕਰ ਸਕਦੇ ਕਿ ਅਕਲੀਤਾ ਦੇ ਨਾਲ ਇਸ ਤਰ੍ਹਾਂ ਦਾ ਰਵਈਆ ਅਸੀਂ مزید برداشت ਸਾਡੀ ਬਾਹਰ ਹੁੰਦਾ ਪਿਆ ਹੁਣ ਠੀਕ ਹੋ ਗਿਆ ਨਾ ਅਗਰ 100 ਬੰਦਾ ਮਲਵਿਸ ਤੇ 100 ਦੇ 100 ਨੂੰ ਪਟੇ ਤੇ ਚਾੜ ਦਿਓ ਜਿਨ੍ਹਾਂ ਨੇ ਮਸੀਹੀ ਨੌਜਵਾਨ ਨੂੰ ਕਤਲ ਕੀਤਾ ਅੱਛਾ ਜੀ ਖਬਰਾਂ ਜਿਹੜੀਆਂ ਮੈਂ ਲੈ ਕੇ ਤੁਹਾਡੀ خدمت ਦੇ ਵਿੱਚ ਹਾਜ਼ਰ ਹੋਇਆ ਸ਼ੌਕਤ ਬਸਰਾ ਦਾ ਖੁਸਰੇ ਦੇ ਨਾਲ ਸਕੈਂਡਲ ਗੰਦੇ ਵੀਡੀਓ ਵੀ ਇੱਕ ਹੀ ਮਾਮਲਾ ਇਹ ਦੱਸਨੇ ਆ ਫੌਜੀ ਅਫਸਰ ਦਾ ਅਸਤੀਫਾ ਤੇ ਦੋ ਬੰਦੇ ਕਤਲ ਇਹ ਕੀ ਮਾਮਲਾ ਇਹ ਦੱਸਨੇ ਆ ਸੂਬਾ ਪਖਤੂਨ ਹਾ 1500 ਅਰਬ ਦਾ ਮਕਰੂਜ਼ ਇਹ ਕੀ ਮਾਮਲਾ ਇਹ ਅਸੀਂ ਤੁਹਾਡੇ ਸਾਹਮਣੇ ਗੋਸ਼ਕੁਜ਼ਾਰ ਕਰਨੇ ਆ ਸਭ ਤੋਂ ਪਹਿਲੇ ਆਜੋ ਸੂਬਾ ਪਖਤੂਨ ਹਾ 1500 ਅਰਬ ਦਾ ਮਕਰੂਜ਼ ਮੋਰੀ 420 ਪਖਤੂਨ ਹਾ ਦੇ ਵਿੱਚ 11 ਸਾਲਾਂ ਤੋਂ ਹਕੂਮਤ ਹੈ ਤਵੱਜੋ ਪੂਰੀ ਚਾਹੀਦੀ ਹੈ ਪਖਤੂਨ ਹਾ ਦਾ ਪਠਾਨ ਜਿਹੜਾ ਉਹ ਆਗਾ ਨੀਚਾ ਕਰਕੇ ਪਿਛਾ ਉੱਚਾ ਕਰਕੇ ਨੇੜੇ ਨੇੜੇ ਆਜ ਪਠਾਨ ਜਿਹੜਾ ਖਾਸ ਤੌਰ ਤੇ ਅਫਗਾਨੀ ਪਠਾਨ ਇਹ ਜਿਹੜੇ ਅਜੀਬੋ ਗਰੀਬ ਕਿਸਮ ਦੇ ਪਠਾਨ ਨੇ ਜਿਹੜੇ ਤਰੀਕੇ ਇਨਸਾਫ ਨਾਲ ਜੁੜੇ ਨੇ ਅੱਗਾ ਨੀਚਾ ਕਰਕੇ ਪਿੱਛਾ ਉੱਚਾ ਕਰਕੇ ਮੇਰੇ ਨੇੜੇ ਨੇੜੇ ਆਜੋ ਮੈਂ ਤੁਹਾਨੂੰ ਜਰਾ ਥੋੜੀ ਤੇਲ ਤੁੰਬਾ ਜਿਹੜਾ ਇਲਾਵਾ ਪਖਤੂਨ ਹਾ ਦੇ ਵਿੱਚ 11 ਸਾਲਾਂ ਤੋਂ ਮੌਰੀ 420 ਦੀ ਹਕੂਮਤ 11 ਸਾਲਾਂ ਤੋਂ ਔਰ ਜਦੋਂ 11 ਸਾਲਾਂ ਤੋਂ ਪਹਿਲੇ ਇਹ ਮੌਰੀ ਗਰੁੱਪ ਨੂੰ ਇਹ ਹਕੂਮਤ ਦਿੱਤੀ ਗਈ ਉਸ ਵਕਤ ਸੂਬਾ 18 ਅਰਬ ਰੁਪਏ ਦਾ ਸਿਰਫ ਮਕਰੋ ਸੀ ਸਿਰਫ 18 ਅਰਬ ਰੁਪਏ ਦਾ ਔਰ ਕੰਮ ਵੀ ਹੋ ਰਹੀ ਸੀ ਸਾਰਾ ਕੁਝ ਠੀਕ ਸੀ ਮਾਮਲੇ ਵੀ ਸੂਬੇ ਦੇ ਠੀਕ ਸਨ ਦਸ਼ਤਗਰਦੀ ਵੀ ਇੰਨੀ ਕੋਈ ਨਹੀਂ ਸੀ ਔਰ ਪਾਈਚਾਰਾ ਵੀ ਬਹੁਤ ਅੱਛਾ ਸੀ ਔਰ ਉਸ ਤੋਂ ਬਾਅਦ ਇਸ ਤਰ੍ਹਾਂ ਆਇਆ ਕਿ ਜਨਰਲ ਪਾਸ਼ਾ ਰਹਿ일 ਸ਼ਰੀਫ ਔਰ ਫੈਜ਼ ਉਮੀਦ ਨੇ ਇੱਕ ਫਿਤਨੇ ਨੂੰ ਜਨਮ ਦੇ ਦਿੱਤਾ ਪਖਤੂਨ ਹਾਰ ਦੇ ਵਿੱਚ ਮਤਲਬ ਕਿ ਚਾਉ ਲਕਤਾਂ ਵਾਲੀ ਉਥੇ ਸੂਪਈ ਚਾਉ ਲਕਤਾਂ ਵਾਲੀ ਸੂਪਈ ਔਰ ਉਹਦੇ ਵਿੱਚੋਂ ਫਿਰ ਇਹ 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 ਚੋਂ ਲੱਤਾਂ ਵਾਲੇ ਨਿਕਲੇ ਔਰ ਇਹ ਮੁਲਕ ਦੁਸ਼ਮਣ ਬਣੇ ਫਿਰ ਠੀਕ ਹੋ ਗਿਆ ਰਾਜੀ ਔਰ ਇਹ ਫਿਤਨਾ ਜਿਹੜਾ ਇਹ ਮੁਲਕ ਦੁਸ਼ਮਣ ਨਿਕਲ ਆਇਆ ਔਰ ਹੁਣ ਜਿਹੜੀ ਕੱਲ ਰਿਪੋਰਟ ਸ਼ਾਇਆ ਹੁੰਦੀ ਹੈ ਹਕੂਮਤ-ਏ-ਪਾਕਿਸਤਾਨ ਦੀ ਤਰਫੋਂ ਕਿ ਮੌਰੀ ਗਰੁੱਪ 11 ਸਾਲਾਂ ਦੇ ਵਿੱਚ ਪਖਤੂਨ ਹਾ ਦੇ ਉੱਤੇ 1500 ਅਰਬ ਰੁਪਈਆ ਕਰਜ਼ਾ ਚੜ ਗਿਆ 1500 ਅਰਬ ਰੁਪਈਆ ਪਖਤੂਨ ਹਾ ਦੇ ਉੱਤੇ ਚੜ ਗਿਆ ਕਰਜ਼ਾ ਸਿਰਫ 11 ਸਾਲ ਉੱਥੇ ਮੌਰੀ 420 ਦੀ ਹਕੂਮਤ ਰਹੀ ਇਹ ਤੁਸੀਂ ਅੱਗੋਂ ਆਪ ਅੰਦਾਜ਼ਾ ਲਾ ਲਓ 11 ਸਾਲ ਤੋਂ ਪਿੱਛੇ ਜਾਓ ਤੁਸੀਂ ਪਾਕਿਸਤਾਨ ਨੂੰ ਬਣਿਆ 75 76 ਸਾਲ ਹੋ ਗਏ ਨੇ ਤੇ 11 ਸਾਲ ਇਹ ਕੱਢ ਲਓ 67 ਸਾਲਾਂ ਦੇ ਵਿੱਚ ਸਿਰਫ 18 ਅਰਬ ਰੁਪਈਆ ਕਰਜ਼ਾ ਚੜਿਆ 67 ਸਾਲਾਂ ਦੇ ਵਿੱਚ ਪਖਤੂਨ ਹਾ ਦੇ ਵਿੱਚ ਜਦੋਂ ਦਾ ਪਾਕਿਸਤਾਨ ਬਣਿਆ ਹੈ 67 ਸਾਲਾਂ ਦੇ ਵਿੱਚ ਸਿਰਫ ਕਿੰਨਾ ਚੜਿਆ 18 ਅਰਬ ਤੇ ਇਹਨਾਂ 11 ਸਾਲਾਂ ਦੇ ਵਿੱਚ 1500 ਅਰਬ ਰੁਪਇਆ ਪਖਤੂਨ ਹਾਥੇ ਕਰਜ਼ਾ ਚੜ ਗਿਆ ਔਰ ਇਸ 1500 ਅਰਬ ਦਾ ਕੋਈ ਅਤਾ ਪਤਾ ਨਹੀਂ ਕੌਣ ਖਾ ਗਿਆ ਕੌਣ ਲੈ ਗਿਆ ਕਿਹਦੀ ਜੇਬ ਵਿੱਚ ਗਿਆ ਕਿਹਦੇ ਬੈਂਕ ਵਿੱਚ ਗਿਆ ਕਿਹੜੇ ਮੁਲਕ ਗਿਆ ਕਿਸਨ ਕੋਈ ਪਤਾ ਨਹੀਂ ਕੋਈ ਸੜਕ ਨਹੀਂ ਕੋਈ ਹਸਪਤਾਲ ਨਹੀਂ ਕੋਈ ਕਾਲਜ ਨਹੀਂ ਕੋਈ ਯੂਨੀਵਰਸਿਟੀ ਨਹੀਂ ਕੋਈ ਸਕੂਲ ਨਹੀਂ ਕੋਈ ਹਾਲ ਨਹੀਂ ਕੋਈ ਹਵੇਲਾ ਨਹੀਂ ਕੋਈ ਹਾਈਵੇ ਹਾਈਵੇ ਨਹੀਂ ਕੋਈ ਡਿਸਪੈਂਸਰੀ ਨਹੀਂ ਕੱਖ ਕੰਡਾ ਨਹੀਂ ਉੱਥੇ ਹਸਪਤਾਲਾਂ ਦੇ ਵਿੱਚ ਮੰਝੀਆਂ ਡੱਠੀਆਂ ਨੇ ਮੰਝੀਆਂ ਚੋਂ ਪਾਵੇਂ ਵਾਲੀਆਂ ਮੈਲੀ ਮਰੀਜ਼ ਨਾਲ ਘਰੋਂ ਮੰਜੀ ਲੈ ਕੇ ਜਾਂਦੇ ਨੇ ਉੱਥੇ ਕੱਖ ਕੰਡਾ ਨਹੀਂ ਉੱਥੇ ਖੰਡਰ ਬਣ ਗਿਆ 1500 ਅਰਬ ਰੁਪਏ ਦਾ ਕਰਜ਼ਾ ਪਠਾਨ ਜਿਹੜੇ ਨੇ ਅੱਗਾ ਨੀਚਾ ਕਰਕੇ ਤੇ ਪਿੱਛਾ ਉੱਚਾ ਕਰਕੇ ਧਿਆਨ ਨਾਲ ਮੇਰੀ ਗੱਲ ਸੁਣੋ ਔਰ ਨੇੜੇ-ਨੇੜੇ ਆ ਜਾਓ ਬਈ ਤੁਹਾਡੇ ਨਾਲ ਬਣਿਆ ਕੀ ਹੈ ਤੇ ਇਹ ਸਰਕਾਰ ਇਹ ਹੁਣ ਅਜੇ ਵੀ ਇਹ ਦਾਵਾ ਕਰਦੇ ਨੇ ਦਾਵਾ ਕੀ ਕਰਦੇ ਨੇ ਕਿ ਪਾਕਿਸਤਾਨ ਦੀ ਹਕੂਮਤ ਜਿਹੜੀ ਹੈ ਸਾਡੇ ਹਵਾਲੇ ਕੀਤੀ ਜਾਏ ਅਸੀਂ ਇਹਨੂੰ ਅੱਛੇ ਤਰੀਕੇ ਦੇ ਨਾਲ ਚਲਾ ਸਕਨੇ ਹਾਂ ਐਸ ਵਕਤ ਇਹ ਦਾਵਾ ਪਾ ਕਰਦੇ ਨੇ ਕਿ ਇਹ ਹਕੂਮਤ ਜਿਹੜੀ ਹੈ ਸਾਡੇ ਹਵਾਲੇ ਕਰੋ ਅਸੀਂ ਇਹਨੂੰ ਸਹੀ ਚਲਾ ਸਕਨੇ ਹਾਂ 11 ਸਾਲਾਂ ਚ 1500 ਅਰਬ ਰੁਪਏ ਦਾ ਕਰਜ਼ਾ ਔਰ ਉਸ ਕਰਜ਼ੇ ਦਾ ਕੋਈ ਪਤਾ ਨਹੀਂ ਲੈ ਕੌਣ ਗਿਆ ਤੇ ਕਹਿੰਦੇ ਨੇ ਹਕੂਮਤ ਪਾਕਿਸਤਾਨ ਦੀ ਹਕੂਮਤ ਜਿਹੜੀ ਹੈ ਪਾਕਿਸਤਾਨ ਦੀ ਬਾਗ ਦੌੜ ਉਸ ਸਾਡੇ ਹਵਾਲੇ ਕਰ ਦਿਓ ਪਠਾਣੋ ਸੋਚੋ ਕੁਝ ਅਕਲ ਦੀ ਹੋਸ਼ ਮਾਰੋ 3500 ਦੀ ਐਨਕ ਸਵਾ 100 ਚ ਵੇਚ ਕੇ ਮਾਲ ਰੋਡ ਦੇ ਉੱਤੇ ਕੰਬਲ ਥੱਲੇ ਲੈ ਕੇ ਸੌਣ ਵਾਲਿਓ ਸੋਚੋ ਤੱਕੇ 7 ਤੱਕ ਗੱਲ ਵਿਗੜ ਚੁੱਕੀ ਹੈ ਕੁਝ ਹਿਆਨ ਨੂੰ ਹੱਥ ਮਾਰੋ ਹਿਆਨ ਨੂੰ ਠੀਕ ਹੋ ਗਿਆ ਨਾ ਜੀ ਅੱਗੇ ਜਨਾਬ ਤੁਸੀਂ ਆਜੋ ਵੱਡੇ ਅਫਸਰ ਦਾ ਅਸਤੀਫਾ ਵੱਡੇ ਫੌਜੀ ਅਫਸਰ ਦਾ ਅਸਤੀਫਾ ਤੇ ਵੱਡੀ ਖਬਰ اسلامਾਬਾਦ ਮਕਾਮ ਹੈ ਜਨਾਬ ਡੀ ਚੌਕ ਦਾ ਉੱਥੇ ਕੁਝ ਆਵਾਰਾ ਲੋਕ ਜਿਹੜੇ ਨੇ ਉਹ ਮੁਜ਼ਾਹਰਾ ਕਰ ਰਹੇ ਨੇ ਮੁਜ਼ਾਹਰਾ ਉਸ ਕੋ ਕਿਸ ਚੱਕਰ ਦੇ ਵਿੱਚ ਕਰ ਰਹੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਕਹਿੰਦਾ ਕਸ਼ਮੀਰ ਦੇ حوالے ਨਾਲ ਕਰ ਰਹੇ ਨੇ ਕੋਈ ਕਹਿੰਦਾ ਫਲਸਤੀਨ ਦੇ حوالے ਨਾਲ ਕਰ ਰਹੇ ਨੇ ਕੋਈ ਕਹਿੰਦਾ ਉਨ ਜੀ ਆਵਾਰਾ ਹੀ ਇੱਥੇ ਨਸੇ ਫਿਰਦੇ ਨੇ ਕੋਈ ਜਮਾਤ ਇਸਲਾਮੀ ਦੇ ਕੋ ਦੋ ਚਾਰ ਲੋਕ ਇਸ ਤਰ੍ਹਾਂ ਕੋ ਹਾਮਦ ਮੀਰ ਵਰਗੇ ਕੁਰਲੇ ਪਰਲੇ ਜਿਹੜੇ ਬਿਲਕੁਲ ਜ਼ਿੰਦਗੀ ਤੋਂ ਆਰੀ ਨੇ ਇਹ ਉੱਥੇ ਜਨਾਬ ਕੋ ਦੋ ਚਾਰ ਦਰਜਨ ਲੋਕ ਜਿਹੜੇ ਨੇ ਇਹ ਡੀ ਚੌਕ ਵਾਲੀ ਜਿਹੜੀ ਸੜਕ ਉੱਥੇ ਮਜਾਰਾ ਕਰ ਰਹੇ ਨੇ ਤੇ ਆਪਣੇ ਦਿਲੋਂ ਇੱਕ ਗੰਦੇ ਮੌਲਵੀ ਦੀ ਕਿਆਦਤ ਦੇ ਵਿੱਚ ਉਹ ਗੰਦਾ ਮੌਲਵੀ ਜਿਹੜਾ ਉਹ ਸੈਨਟਰ ਵੀ ਜਮਾਤ ਇਸਲਾਮੀ ਦਾ ਟ੍ਰੈਫਿਕ ਜਿਹੜੀ ਉਹ ਰਵਾਨ-ਦਵਾਨੇ ਜਲਦੀ ਫਿਰਦੀ ਨਾਲ-ਨਾਲ ਔਰ ਚੰਦ ਸ਼ਰਪਸੰਦ ਜਿਹੜੇ ਨੇ ਉਹ ਮੁਜ਼ਾਹਿਰਿਨ ਦੇ ਉੱਤੇ ਜਿਹੜੀਆਂ ਗੱਡੀਆਂ ਉਹ ਥੁਲੰਗਦੀਆਂ ਨੇ ਨਾ ਉਹਨਾਂ ਦੇ ਪਥਰਾਓ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਰੋਕਣ ਦੀ ਕੋਸ਼ਿਸ਼ ਵੀ ਕਰਦੇ ਨੇ ਯਾਨੀ ਕਿ ਡਕੀਤੀ ਚੋਰੀ ਦੀ ਵੀ ਕੋਸ਼ਿਸ਼ ਕਰਦੇ ਨੇ ਜਿਹੜੇ ਉੱਥੋਂ ਮੁਸਾਫਰ ਲੱਗ ਰਹੇ ਨੇ ਉਸ ਸੜਕ ਦੇ ਉੱਤੋਂ ਇਹ ਮੁਜ਼ਾਹਿਰਿਨ ਜਿਹੜੇ ਨੇ ਉਹਨਾਂ ਨੂੰ ਕਿਸੇ ਨੂੰ ਪੱਥਰ ਮਾਰ ਦੇਣ ਗੱਡੀ ਨੂੰ ਕਿਸੇ ਨੂੰ ਡੰਡਾ ਮਾਰ ਦੇਣ ਕਿਸੇ ਨੂੰ ਜੇ ਕੋਈ ਖਤੂਨ ਵੇਖ ਲਈ ਤੇ ਖਲਾਰ ਕੇ ਉਹਦੀਆਂ ਵਾਲੀਆਂ ਬੁਲੀਆਂ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਔਰ ਇਹ ਮੁਜ਼ਾਰਾ ਜਿਹੜਾ ਹੈ ਪਤਾ ਨਹੀਂ ਫਲਸਤੀਨ ਦੇ ਹੱਕੇ ਚ ਤੁਸੀਂ ਦੇ ਨਿਦਾਨ ਅੰਦਾਜ਼ਾ ਲਾ ਲਓ ਬਟ ਡੀ ਚ ਆਓ ਕਿਚ ਦੋ ਦਰਜਨ ਬੰਦੇ ਖਿਲਾਰ ਕੇ ਡਕੇਤੀਆਂ ਕਰਨ ਦਾ ਫਲਸਤੀਨ ਦੀ ਆਜ਼ਾਦੀ ਨਾਲ ਕੀ تعلق ਸਭ ਤੋਂ ਪਹਿਲੇ ਤੇ ਬੰਦਾ ਇਹਨਾਂ ਕੋਲ ਇਹ ਪੁੱਛਿਆ ਠੀਕ ਹੋ ਗਿਆ ਨਾ ਅੱਛਾ ਇਹ ਇਹਦੇ ਦੌਰਾਨ ਉਥੋਂ ਇੱਕ ਨੌਜਵਾਨ ਜਿਹੜਾ ਨਾ ਆਪਣੀ ਗੱਡੀ ਤੋਂ ਗੁਜ਼ਰਦਾ ਜਦੋਂ ਇਸ ਮੁਜ਼ਾਰੇ ਦੇ ਕਰੀਬ ਆਉਂਦਾ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਉਸ ਨੌਜਵਾਨ ਦੀ ਗੱਡੀ ਨੂੰ ਸਾਮਣੇ ਉਹ ਆ ਰਹੇ ਅੱਗੇ ਇਹ 3-4 ਬੰਦੇ ਡੰਡੇ ਲੈ ਕੇ ਖਲੋ ਜਾਂਦੇ ਨੇ ਤੇ ਉਹਦੀ ਗੱਡੀ ਦੇ ਬੋਨਟ ਤੇ ਡੰਡੇ ਵਰਸਾਣੇ ਸ਼ੁਰੂ ਕਰ ਦਿੰਦੇ ਨੇ ਉਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਹੈ ਜ਼ਹਰੀ ਗੱਲੇ ਬੰਦਾ ਕੋਈ ਵੀ ਹੋਵੇ ਉਹ ਡਰ ਜਾਂਦਾ ਕਿ ਯਾਰ ਇਹ ਕੌਣ ਲੋਗ ਨੇ ਇਹ ਜਾਨਵਰ ਟਾਈਪ ਨੇ ਇਹ ਡੰਡਾ ਹਉਣੇ ਇੱਥੇ ਵੀ ਮਾਰ ਦਿੰਦੇ ਨੇ ਕੋਈ ਸਕਰੀਨ ਤੇ ਮਾਰਨਦੇ ਅਗੋਂ ਮੈਨੂੰ ਮਾਰਨਦੇ ਬੰਦੇ ਨੂੰ ਪੈ ਜਾਂਦੇ ਨੇ ਜਾਣ ਦੇ ਲਾਲੇ ਕਿ ਇਸ ਇਹ ਕੌਣ ਨੇ ਤੇ ਕੀ ਕਰਦੇ ਫਿਰਦੇ ਨੇ ਇੱਥੇ ਉਹ ਸਰਕਾਰ ਉਹ ਜਦੋਂ ਉਹਨਾਂ ਡੰਡੇ ਮਾਰੇ ਤੇ ਉਸ ਤੋਂ ਬਾਅਦ ਉਹ ਨੌਜਵਾਨ ਵੀ ਆਪਣੀ ਜਾਨ ਬਚਾਉਣਾ ਚਾਹ ਰਿਹਾ ਸੀ ਕਿ ਇਹ ਦਸ਼ਤਗਰਤ ਟਾਈਪ ਲੋਗ ਨੇ ਇਹ ਕਿਧਰੇ ਮਾਰਦਿਆਂ ਮਾਰਦਿਆਂ ਇਹਦਾ ਸਿਰ ਨਾ ਲੈ ਜਾਣ ਉਹਨੇ ਆਪਣੀ ਜਾਨ ਬਚਾਉਣ ਵਾਸਤੇ ਉਹ ਡੰਡਾ ਬਰਥਾਨ ਵਾਲਾ ਜਿਹੜੇ ਸੀ ਉਹਨਾਂ ਦੇ ਉੱਤੇ ਗੱਡੀ ਛਾੜ ਦਿੱਤੀ ਬਿਲਕੁਲ ਉਹਨੇ ਸਹੀ ਕੀਤਾ ਆئین ਔਰ ਕਾਨੂੰਨ ਦੇ ਮੁਤਾਬਕ ਕੀਤਾ ਉਸ ਨੌਜਵਾਨ ਨੇ ਬਿਲਕੁਲ ਬਰਾਬਰ ਕੀਤਾ ਜੋ ਕਰਨਾ ਚਾਹੀਦਾ ਸੀ ਗੱਡੀ ਚਾਰ ਦਿੱਤੀ ਔਰ ਦੋ ਬੰਦੇ ਜਿਹੜੇ ਨੇ ਉੱਥੇ ਜਨਮ ਵਾਸ਼ਲ ਜਿਹੜਾ ਉਹ ਕਰ ਦਿੱਤੇ ਉਹ ਜਿਹੜੇ ਮੁਜ਼ਾਹਿਰਿਨ ਸੀ ਕਿਰਾਏ ਤੋਂ ਆਂਦੇ ਉਹਨਾਂ ਨੇ ਜਮਾਤ ਸਲਾਮੀ ਵਾਲਿਆਂ ਨੇ ਕਿਧਰੋਂ ਮੁਸਲਿਮ ਸੂਲੀ ਇਕੱਠੇ ਕਰਕੇ ਅੱਛਾ ਉਸ ਤੋਂ ਬਾਅਦ ਉਹ ਨੌਜਵਾਨ ਜਿਹੜਾ ਉਹਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਦੇ ਹਵਾਲੇ ਕਰ ਦਿੱਤਾ ਔਰ ਸਾਰੀ ਤਫਸੀਲ ਜਿਹੜੀ ਹੈ ਉਹ ਦੱਸ ਦਿੱਤੇ ਪਤਾ ਚੱਲਦਾ ਹੈ ਕਿ ਇਹ ਨੌਜਵਾਨ ਸਾਹਿਬ ਜਿਹੜੇ ਸੀ ਇਹ پاک ਫੌਜ ਦੇ ਵਿੱਚ ਲੈਫਟਨੈਂਟ ਸੀ ਯਾਨੀ ਕਿ ਨਵਾਂ ਨਵਾਂ ਜਿਹੜਾ ਅਫਸਰ ਭਰਤੀ ਹੋਇਆ ਹੁੰਦਾ ਲੈਫਟਨੈਂਟ ਸੀ ਔਰ ਉਹ ਉਹਦੇ ਕੋਲੋਂ ਇਹ ਹਾਦਸਾ ਹੋ ਗਿਆ ਜ਼ੈਰੀ ਗਾਲੇ ਆਪਣੀ ਜਾਨ ਬਚਾ ਰਿਆ ਸੀ ਡੰਡੇ ਬਰਸਾਰਿਆ ਸਾਨੂੰ ਔਰ ਉਹ ਗੱਡੀ ਜਿਹੜੀ ਹੈ ਉਹਦੇ ਵੱਲ ਸਾਹਿਬ ਦੇ ਨਾਂ ਤੇ ਸੀ ਔਰ ਵੱਲ ਸਾਹਿਬ ਵੀ ਨੇ ਉਹ ਹਾਜ਼ਰ ਸਰਵਿਸ ਬਰਗੇਡੀਅਰ ਨੇ ਫੌਜ ਦੇ ਵਿੱਚ ਔਰ ਉਹ ਬਰਗੇਡੀਅਰ ਸਾਹਿਬ ਵੀ ਨੇ ਉਹ ਬਹੁਤ ਅੱਛੀ ਸ਼ੋਹਰਤ ਦੇ ਮਾਲਕ ਨੇ ਜਦੋਂ ਇਸ ਵਾਕੇ ਦਾ ਬਰਗੇਡੀਅਰ ਸਾਹਿਬ ਨੂੰ ਪਤਾ ਚੱਲਦਾ ਉਹ ਖੁਦ ਪੁਲਿਸ ਥਾਣੇ ਪਹੁੰਚਦੇ ਨੇ ਔਰ ਪਹੁੰਚ ਕੇ ਤੇ ਆਪਣੇ ਮੁੰਡੇ ਨੂੰ ਮਿਲਟਰੀ ਪੁਲਿਸ ਤੇ ਹਵਾਲੇ ਕਰ ਦੇ ਨੇ ਖੁਦ ਔਰ ਉਹਨੂੰ ਕਹਿੰਦੇ ਨੇ ਕਿ ਇਹਦੇ ਖਿਲਾਫ ਮੁਕਦਮਾ ਚਲਾਇਆ ਜਾਏ ਔਰ ਨਾਲ ਹੀ ਬਰਗੇਡੀਅਰ ਸਾਹਿਬ ਜਿਹੜੇ ਨੇ ਉਹ ਐ ਅਸਤੀਫਾ ਦੇ ਦਿੰਦੇ ਨੇ ਆਪਣੀ ਨੌਕਰੀ ਤੋਂ ਆਪਣੀ ਪੋਸਟ ਤੋਂ ਔਰ ਉਹ ਕਹਿੰਦੇ ਨੇ ਕਿ ਅਗਰ ਮੈਂ اخلاقی ਤੌਰ ਤੇ ਅਗਰ ਮੈਂ اخلاقی ਕਦਰਾਂ ਦੀ ਪਾਸਤਾਰੀ ਕਰਾਂ ਤੇ ਮੈਨੂੰ ਆਪਣੇ ਅਹੁਦੇ ਤੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਮਾਮਲਾ ਇਹ ਹਸਾਸ ਹੈ ਅਗਰ ਮੈਂ ਆਪਣੇ ਅਹੁਦੇ ਤੇ ਰਵਾਂਗਾ ਤੇ ਲੋਕ ਮੇਰੇ ਤੇ ਉਂਗਲੀਆਂ ਉਠਾਣ ਦੇ ਕੇ ਮੈਂ ਆਪਣੇ ਮੁੰਡੇ ਦੀ ਫੇਵਰ ਕਰ ਰਿਹਾ ਤੇ ਉਹ ਜਿਹੜੇ ਬ੍ਰਿਗੇਡੀਅਰ ਸਾਹਿਬ ਸੀ ਉਹਨਾਂ ਨੇ ਆਪਣੇ ਉਹਦੇ ਤੋਂ ਅਸਤੀਫਾ ਦੇ ਕੇ ਤੇ ਆਪਣੇ ਮੁੰਡੇ ਨੂੰ ਮਿਲਟਰੀ ਪੁਲਿਸ ਤੇ ਹਵਾਲੇ ਕਰ ਦਿੱਤਾ ਉਹਨਾਂ ਨੇ ਕਿਹਾ ਜੇਦਾ ਤੁਸੀਂ ਕੋਰਟ ਮਾਰਸ਼ਲ ਕਰਨਾ ਹੈ ਇਹਦਾ ਟ੍ਰਾਇਲ ਕਰਨਾ ਹੈ ਇਹਦਾ ਤੁਸੀਂ ਜੋ ਵੀ ਕਰਨਾ ਹੈ ਆئین ਔਰ ਕਾਨੂੰਨ ਦੇ ਮੁਤਾਬਕ ਕਰੋ ਤੇ ਮੈਂ ਜਿਹੜਾ ਇਹ ਅਸਤੀਫਾ ਦੇ ਰਿਹਾ ਔਰ ਇਹ ਇਹ ਗੱਡੀ ਜਿਹੜੀ ਹੈ ਇਹ ਵੀ ਬ੍ਰਿਗੇਡੀਅਰ ਸਾਹਿਬ ਦੇ ਨਾਂ ਤੇ ਸੀ ਤੇ ਮਿਲਟਰੀ ਪੁਲਿਸ ਤੇ ਹਵਾਲੇ ਉਹਨਾਂ ਨੇ ਖੁਦ ਕੀਤਾ ਆਪਣੇ ਮੁੰਡੇ ਨੂੰ ਔਰ ਆਪਣੀ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਮੈਂ ਸਮਝੀ ਨਾ ਕਿ ਇੱਕ ਤੇ ਉਸ ਮੁੰਡੇ ਨੇ ਬਹੁਤ ਅੱਛਾ ਕੀਤਾ ਜਿਹੜੇ ਉਹ ਸ਼ਰਪਸੰਦਾ ਨੇ ਗੱਡੀ ਤੇ ਹਮਲਾ ਕੀਤਾ ਗੱਡੀ ਉੱਤੇ ਚਾੜ ਦਿੱਤੀ ਬਿਲਕੁਲ ਠੀਕ ਕੀਤਾ ਔਰ ਮੈਂ ਇਹ ਮਿਲਟਰੀ ਪੁਲਿਸ ਵਾਲਿਆਂਗੇ ਇਹ ਮੈਂ ਗੁਜ਼ਾਰਿਸ਼ ਕਰਾਂਦਾ ਕਿ ਕਿਸੇ ਕਿਸਮ ਦੀ ਇਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਇਹਨੇ ਜੋ ਕੀਤਾ ਠੀਕ ਕੀਤਾ ਆਪਣੀ ਜਾਨ ਬਚਾਈ ਏ ਉਸ ਹਜੂਮ ਕੋਲ ਔਰ ਇਹ ਐਨ ਇਸਲਾਮੀ ਰਵਾਇਤ ਦੇ ਵੀ ਮੁਤਾਬਕ ਹੈ ਔਰ ਆئین ਔਰ ਕਾਨੂੰਨ ਦੇ ਵੀ ਇਹ ਬਰਾਬਰ ਇੱਕ ਤੁਹਾਨੂੰ ਆਪਣੀ ਜਾਨ ਬਚਾਉਣ ਆਸ ਤੇ ਤੁਸੀਂ ਬਿਲਕੁਲ ਇੱਕ ਕਦਮ ਉਠਾ ਸਕਦੇ ਹੋ ਜਦੋਂ ਤੁਹਾਡੇ ਉੱਤੇ ਦੁਸ਼ਮਣ ਚੜ ਜਾਏ ਤੁਹਾਨੂੰ ਨਜ਼ਰ ਆ ਰਿਹਾ ਵੇ ਬਸ ਇਹ ਮਾਰੂ ਹੈ ਮੈਨੂੰ ਤੇ ਤੁਸੀਂ ਉਹਨੂੰ ਖੜਕਾ ਸਕਦੇ ਹੋ ਤੇ ਬਿਲਕੁਲ ਵੀ ਇਹਨੂੰ ਇਸ ਬੱਚੇ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਇਹ ਸਾਡੀ ਗੁਜ਼ਾਰਿਸ਼ ਹੈ ਤੁਹਾਡੇ ਅੱਗੇ ਮਿਲਟਰੀ ਪੁਲਿਸ ਵਾਲਿਓ ਮਿਠਿਓ ਅੱਛਾ ਜੀ ਅੱਗੇ ਆਜੋ ਇਸ਼ੌਕਤ ਬਸਰਾ ਦਾ ਗੰਦਾ ਸਕੈਂਡਲ ਆ ਗਿਆ ਇਹ ਹੁਣ ਸ਼ੌਕਤ ਬਸਰਾ ਜਿਹੜਾ ਇਹ ਸਾਬਕਾ ਜਿਆਲਾ ਔਰ ਹੁਣ ਇਹ ਗੰਦਾ ਯੁੱਥੀਆ ਬਣ ਚੁੱਕੇ ਆ ਔਰ ਇੰਤਹਾਈ ਗਲੀਜ਼ ਔਰ ਕਠਿਆ ਇਨਸਾਨ ਹੈ ਕਈ ਸਕੈਂਡਲ ਇਹਦੇ ਆਏ ਮਾਰਕੀਟ ਦੇ ਵਿੱਚ ਪਿਛਲੇ ਕਈ ਮਹੀਨਿਆਂ ਦੇ ਵਿੱਚੋਂ ਔਰ ਅਸੀਂ ਵੀ ਕਹਿੰਦੇ ਸਾਡੇ ਚਲੋ ਯਾਰ ਦਫਾ ਕਰੋ ਕੀ ਕਰਨਾ ਇਹਦਾ ਤਲਕ ਚਿਸ਼ਤੀਆ ਬਹਾਵਲ ਨਗਰ ਤੋਂ ਹੈ ਤੇ ਇਹ ਆਪਣੇ ਆਪ ਨੂੰ ਵਕੀਲ ਵੀ ਕਹਿੰਦਾ ਪਤਾ ਨਹੀਂ ਇਹ ਵਕੀਲ ਹੈ ਜਾਂ ਨਹੀਂ ਹੈ ਇਸ ਗੱਲ ਦਾ ਸਾਨੂੰ ਨਹੀਂ ਪਤਾ ਇਸ ਤੋਂ ਪਹਿਲੇ ਜਿਹੜੇ ਤਰੀਕੇ ਇਨਸਾਫ ਦੇ ਕੁਝ ਲੀਡਰਾਂ ਨੇ ਜਿਵੇਂ ਮੋਰੀ ਹੈ ਮੋਰੀ ਦਾ ਵਿਆਹ ਰਮਲ ਨਾਲ ਹੋ ਜਾਂਦਾ ਖੁਸਰੇ ਨਾਲ ਸ਼ੇਖ ਰਸ਼ੀਦ ਦਾ ਵਿਆਹ ਮੈਵਸ਼ ਨਾਲ ਹੋ ਜਾਂਦਾ ਸਮੀ ਇਬਰਾਹਿਮ ਦਾ ਵਿਆਹ ਸ਼ੀਲਾ ਨਾਲ ਹੋ ਜਾਂਦਾ ਰੌਫ हसन ਦਾ ਵਿਆਹ ਪ੍ਰਿਆੰਕਾ ਨਾਲ ਹੋ ਜਾਂਦਾ ਔਰ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਖੁਸਰਿਆਂ ਕੋਲੋਂ ਆਪਣੇ ਆਪਣੇ ਟਾਈਮ ਤੇ ਮਾਰਾਂ ਖਾਦੀਆਂ ਨੇ ਇਹ ਹੁਣ ਸ਼ੌਕਤ ਬਸਰਾ ਜਿਹੜਾ ਇਹਦੀ ਇੱਕ ਗੰਦੀ ਵੀਡੀਓ ਵੀ ਸਾਹਮਣੇ ਆ ਗਈ ਤੇ ਸਕੈਂਡਲ ਵੀ ਸਾਹਮਣੇ ਆ ਗਿਆ ਇਹ ਲਾਹੌਰ ਸ਼ਹਿਰ ਦਾ ਇਲਾਕਾ ਗੁਲਬਰਗ ਔਰ ਗੁਲਬਰਗ ਦੇ ਵਿੱਚ ਐਸਾ ਇਲਾਕਾ ਜਿੱਥੇ ਰੈਸ਼ੀ ਅਪਾਰਟਮੈਂਟਸ ਨੇ ਉੱਚੀਆਂ-ਉੱਚੀਆਂ ਬਿਲਡਿੰਗਾਂ ਨਹੀਂ ਬਣੀ ਹੁੰਦੀਆਂ ਹੁਣ ਮੈਂ ਦੱਸਣਾ ਨਹੀਂ ਐਵੇਂ ਫਿਰ ਮਾੜੀ ਗੱਲ ਉੱਥੇ ਜਨਾਬ ਇਹ ਇੱਕ ਫਲੈਟ ਦੇ ਵਿੱਚ ਪਿਛਲੇ 2.5 ਸਾਲ ਤੋਂ ਜਾ ਰਿਹਾ ਸੀ ਰੋਜ਼ਾਨਾ ਦੀ ਬੁਨਿਆਦ ਤੇ ਯਾਨੀ ਕਿ ਸ਼ਾਮ ਨੂੰ ਜਦੋਂ ਵੀ ਇਹਨੇ ਪਿੰਡੋਂ ਲਾਹੌਰ ਆਣਾ ਉਸ ਫਲੈਟ ਦੇ ਵਿੱਚ ਚਲੇ ਜਾਣਾ ਸ਼ਾਮੀ 7-8 ਵਜੇ ਔਰ ਸਵੇਰੇ ਨਹਾਤ ਹੋ ਕੇ ਤੇ ਆਪਣਾ ਨਿਕਲ-ਨੁਕਲ ਜਾਣਾ ਉਹ 2 ਸਾਲ ਤੋਂ ਇਹ سلسلہ ਜਿਹੜਾ ਇਹ ਜਾਰੀ ਸੀ ਔਰ ਉੱਥੋਂ ਦੇ ਜਿਹੜੇ ਕੈਮਰੇ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਸੀ ਬਈ ਹੁੰਦਾ ਠੀਕ ਹੋ ਗਿਆ ਇਹ ਕੱਲ ਰਾਤ ਇਹ ਅਜੀਬ ਵਾਕਿਆ ਪੇਸ਼ ਹੁੰਦਾ ਕਿ ਇਹ ਜਦੋਂ ਉਸ ਫਲੈਟ ਤੇ ਗਿਆ ਨਾ ਜਦ ਹੀ ਗੱਲ ਫਲੈਟ ਤੇ ਗਿਆ ਦੋ ਬੋਤਲਾਂ ਐ ਤੇ ਕੁਲ ਸ਼ਰਾਬ ਸਨ ਇਹ ਚਲਾ ਜਾਂਦਾ ਤੇ ਉੱਥੇ ਇਹ ਉਹ ਜਿਹੜਾ ਫਲੈਟ ਹੈ ਨਾ ਉਹ ਇੱਕ ਖੁਸਰਾ ਹੈ ਉਹਦਾ ਨਾਮ ਮਦੂਰੀ ਮਦੋਰੀ ਨਾਮ ਦੇ ਖੁਸਰੇ ਦੇ ਫਲੈਟ ਤੇ ਇਹ ਜਾਂਦਾ ਪਿਛਲੇ 2.5 ਸਾਲ ਤੋਂ ਉਹ ਤੇ ਹੁਣ ਪਤਾ ਲੱਗਾ ਨਾ ਕਿ ਸ਼ਾਦੀ ਵਾਲਾ ਮਾਮਲਾ ਹੈ ਇਹ ਜਨਬ ਚਲਾ ਜਾਂਦਾ ਬੋਤਲਾਂ ਖੋਲੀਆਂ ਪੀਤੀਆਂ ਡਾਂਸ ਕੀਤਾ ਜੋ ਵੀ ਕੀਤਾ ਪਿਆਰ ਮੁਹੱਬਤ ਕੀਤਾ ਇੱਕ ਦੂਜੇ ਦੇ ਨਾਲ ਜਿਹੜਾ ਇਹਨਾਂ ਦਾ ਰابطਾ ਸਿਸਟਮ ਹੁੰਦਾ ਉਹ ਕੀਤਾ ਕਰਦਿਆਂ ਕਰਦਿਆਂ ਸ਼ਰਾਬ ਖਤਮ ਹੋ ਜਾਂਦੀ ਹੈ ਸ਼ਰਾਬ ਖਤਮ ਹੋ ਜਾਂਦੀ ਹੈ ਤੇ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ ਜਦ ਇਹ ਗੱਲ ਸ਼ਰਾਬ ਖਤਮ ਹੋ ਗਈ ਉਹ ਕਹਿੰਦਾ ਹਣਾ ਤੂੰ ਹੋਰ ਮੰਗਾ ਲੈ ਫੋਨ ਕਰਕੇ ਉਹ ਕਹਿੰਦਾ ਨਾ ਤੇਰੇ ਤਲਕ ਜ਼ਿਆਦਾ ਨੇ ਤੂੰ ਮਗਾਲਾ ਉਹ ਕਹਿੰਦੀ ਹੋਣੀ ਤੂੰ ਮਗਾਲ ਇਹ ਤੂੰ ਤੋਂ ਮਹਿਮੇ ਦੇ ਵਿੱਚ ਲੜਾਈ ਹੋ ਜਾਂਦੀ ਹੈ ਕਮੀਜ਼ ਤੇ ਇਹ ਗਰਮੀ ਤੁਹਾਨੂੰ ਪਤਾ ਉੱਥੇ ਕਿੰਨੀ ਹੈ ਕਮੀਜ਼ ਤੇ ਇਹਨੇ ਬਨੇਾਨ ਲਾਈ ਸੀ ਸਿਰ ਸਲਵਾਰ ਦੇ ਵਿੱਚ ਸੀ ਚਿੱਟ ਰੰਗ ਦੀ ਇਹਨੇ ਸਲਵਾਰ ਪਾਈ ਸੀ ਕਾਟਨ ਦੀ ਅੱਛਾ ਇਹ ਜਨਾਬ ਉਹਨਾਂ ਦੀ ਤੂੰ ਤੋਂ ਮਹਿਮੇ ਹੋ ਜਾਂਦੀ ਇਹਨੇ ਉਹਦੇ ਤੇ ਹੱਥ ਚੁੱਕਿਆ ਪਹਿਲੇ ਆਪਣੀ ਆਪਣੀ ਮਸ਼ੂਕ ਤੇ ਮਾਦੂਰੀ ਤੇ ਖੁਸਰੇ ਤੇ ਉਹ ਤੁਹਾਨੂੰ ਪਤਾ ਹੈ ਖੁਸਰਿਆਂ ਦਾ ਜਿਹੜਾ ਮੁੱਕਾ ਹੁੰਦਾ ਉਹ ਤੇ ਦਸਾਂ ਜਣਿਆਂ ਤੋਂ ਵੀ ਜ਼ਿਆਦਾ ਤਾਕਤਵਰ ਹੁੰਦਾ ਠੀਕ ਹੋ ਗਿਆ ਨਾ ਉਹ ਫਿਰ ਮਦੂਰੀ ਨੇ ਉਹਨੂੰ ਲੰਮਿਆਂ ਬਾਕੇ ਤੇ ਚੰਗਾ ਭਲਾ ਕुटਿਆ ਔਰ ਕੁਛ ਕਿਦਰੋਂ ਹਲਕਾ ਫੁਲਕਾ ਖੂਨ ਖੱਪਾ ਜਿਹੜਾ ਉਹ ਵੀ ਨਿਕਲਿਆ ਤੇ ਉਹਨੇ ਉਹਨੂੰ ਫਲੈਟ ਦੇ ਵਿੱਚੋਂ ਟਿੱਕਾ ਮਾਰ ਕੇ ਬਾਹਰ ਕੱਢ ਦਿੱਤਾ ਸ਼ੌਕਤ ਬਸਰਾ ਨੂੰ ਇਹ ਚਿਸ਼ਤੀਆਂ ਬਹਾਵਲ ਨਗਰ ਦਾ ਤਰੀਕ ਇਨਸਾਫ ਦਾ ਬਹੁਤ ਵੱਡਾ ਲੀਡਰ ਉਹਨੂੰ ਬਾਹਰ ਕੱਢ ਦਿੱਤਾ ਨਾਲ ਗਾਲਮ ਗਲੋਚ ਰੌਲਾ ਪੈ ਗਿਆ ਕੁਝ ਲੋਕਾਂ ਨੇ ਵੀਡੀਓ ਬਣਾ ਲੀਆਂ ਕੁਝ ਲੋਕਾਂ ਨੇ ਤਸਵੀਰਾਂ ਬਣਾ ਲੀਆਂ ਇਹ ਥੱਲੇ ਜਾ ਕੇ ਖਲੋ ਗਿਆ ਬਨਾਨ ਔਰ ਕਮੀਜ਼ ਕੋਈ ਨਹੀਂ ਸੀ ਮੋਬਾਈਲ ਹੱਥੇ ਸੀ ਤੇ ਸਿਰਫ ਸ਼ਲਵਾਰ ਪਾਈ ਸੀ ਇਹ ਸਰਕਾਰ ਉਥੋਂ ਫਿਰ ਥੱਲੇ ਰਖਸ਼ਾ ਜਿਹੜਾ ਆਂਦਿਆਂ ਜਾਂਦਿਆਂ ਰਖਸ਼ਾ ਲੈਂਦਾ ਰਖਸ਼ਾ ਲੈ ਕੇ ਫਿਰ ਆਪਣੇ ਕਿਸੇ ਦੋਸਤ ਦੇ ਘਰ ਚਲਾ ਜਾਂਦਾ ਔਰ ਅਗਲੇ ਚੰਨ ਦਿਨਾਂ ਤੋਂ ਬਾਅਦ ਇਹ ਮਦੂਰੀ ਖੁਸਰਾ ਔਰ ਇਹ ਸਾਰੇ ਗੁਰੂ ਜਿਹੜੇ ਨੇ ਇਹ ਤੁਹਾਨੂੰ ਲਿਬਰਟੀ ਮਾਰਕੀਟ ਜਿੱਆਂ ਸਜੇ ਖਬੇ ਸ਼ੌਕਤ ਬਸਰਾ ਨੂੰ ਕੁੱਟਦੇ ਨਜ਼ਰ ਆਣਗੇ ਇਹ ਗੱਲ ਤੁਸੀਂ ਲਿਖ ਲਓ ਇਹ ਪੰਜਵਾਂ ਕੇਸ ਆ ਤਰੀਕ ਇਨਸਾਫ ਦੀ ਜਿਹੜੀ ਟਾਪ ਲੀਡਰਸ਼ਿਪ ਏ ਕਿ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਖੁਸਰਿਆਂ ਦੇ ਨਾਲ ਵਿਆਹ ਕੀਤੇ ਨੇ ਔਰ ਆਪਣੀ ਮਨ ਮਰਜ਼ੀ ਦੇ ਨਾਲ ਕੀਤੇ ਨੇ ਇਹ ਕੋਈ ਆਖਰੀ ਕੇਸ ਨਹੀਂ ਸ਼ੌਕਤ ਬਸਰਾ ਔਰ ਇਹ ਇਹ ਜ਼ਰਾਇਦ ਹਸਤੇ ਨੇ ਕਿ ਇਹਦੀਆਂ ਕਾਫੀ ਸੀਸੀਟੀਵੀ ਫੁੱਟ ਜਿਹੜੇ ਨੇ ਉਹ ਵੀ ਮਾਰ ਆ ਗਏ ਨੇ ਜਾਨਿਕ ਥਾਣੇ ਤੇ ਪਾਣੀ ਵਾਲਿਆਂ ਕੋਲ ਕਿਉਂਕਿ ਫਿਰ ਮਜ਼ਦੂਰੀ ਨੇ ਫਿਰ ਪਰਚਾ ਵੀ ਕਰਾ ਦਿੱਤਾ ਨਾ ਕਿ ਇਹ ਮੇਰੇ ਕੋਲ ਆ ਕੇ ਤੇ ਇਹਨੇ ਮੈਨੂੰ ਤਸ਼ੱਦਦ ਕੀਤਾ ਔਰ ਮੇਰੇ ਨਾਲ ਜ਼ਿਆਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਫਿਰ ਮਾਮਲੇ ਬਦਲ ਜਾਂਦੇ ਨੇ ਨਾ ਜਦੋਂ ਹਾਲਾਤ ਬਦਲਣ ਤੇ ਇਹ ਇਹਦੇ ਤੇ ਪਰਚਾ ਵੀ ਦਰਜ ਹੁਣ ਤੱਕ ਹੋ ਚੁੱਕਿਆ ਹੋਣਾ ਐ ਡਕੀਤੀ ਦਾ ਜਾਂ ਜ਼ਿਆਤੀ ਦਾ ਤੇ ਕੁਝ ਮਜ਼ਦੂਰੀ ਨੇ ਪੈਸਿਆਂ ਦਾ ਵੀ ਇਹ ਐਫ ਆਈ ਆਰ ਦੇ ਵਿੱਚ ਲਾਇਆ ਕਿ ਚੰਦ ਲੱਖ ਰੁਪਈਆ ਵੀ ਇਹਨੇ ਮੇਰਾ ਦੇਣਾ ਮੇਰੇ ਨਾਲ ਆ ਕੇ ਇਹ ਦਸ ਦਰਾਜ਼ੀ ਕਰਦਾ ਰਿਹਾ ਐਨ ਗੈਨ ਕਰਦਾ ਰਿਹਾ ਲੇਕਿਨ ਪੈਸਿਆਂ ਦਾ ਉਧਾਰ ਕਰਦਾ ਰਿਹਾ ਤੇ ਇਹ ਸ਼ੌਕਤ ਬਸਰਾ ਦਾ ਗੰਦਾ ਸਕੈਂਡਲ ਜਿਹੜਾ ਇਹ ਮਾਰਕੀਟ ਦੇ ਵਿੱਚ ਆਇਆ ਕੱਲ ਰਾਤ ਔਰ ਕੁਝ ਵੀਡੀਓਜ਼ ਵੀ ਆਈਆਂ ਨੇ ਜਿਹਦੇ ਵਿੱਚ ਇਹਨੇ ਚਿੱਟੀ ਸ਼ਲਵਾਰ ਪਾਈ ਕਮੀਜ਼ ਕੋਈ ਨਹੀਂ ਬਨੀਆਨ ਕੋਈ ਨਹੀਂ ਔਰ ਥੱਲੇ ਰਖਸ਼ੇ ਦਾ ਇੰਤਜ਼ਾਰ ਪਿਆ ਕਰਦਾ ਹੈ ਅਪਾਰਟਮੈਂਟਾਂ ਦੇ ਥੱਲੇ ਤੇ ਇਹ ਗੱਲ ਜਿਹੜੀ ਇਹ ਬਹੁਤ ਅਗਾ ਨਿਕਲ ਚੁੱਕੀ ਹੈ ਕਿ ਇਹ ਜਦੋਂ ਵੀ ਮਾਰ ਖਾਂਦੇ ਨੇ ਖੁਸਰਿਆਂ ਕੋਲੋਂ ਹੀ ਖਾਂਦੇ ਨੇ ਔਰ ਜਦੋਂ ਵੀ ਦੂਸਰਾ ਵਿਆਹ ਟਾਈਪ ਕਰਦੇ ਨੇ ਖੁਸਰਿਆਂ ਨਾਲ ਹੀ ਕਰਦੇ ਨੇ ਲੀਡਰ ਦਾ ਸ਼ੌਕ ਹੈ ਤੇ ਜ਼ਹਿਰੀ ਕੱਲੇ ਕਾਰਕੁਨਾਂ ਵੀ ਤੇ ਉਹੀ ਕਰਨ ਬਹੁਤ ਸ਼ੁਕਰੀਆ